ਸਮੁੱਚੇ ਸੰਸਾਰ ਦੇ ਜੀਆਂ ਨੂੰ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਵ ਕਰਿਆ ਸਾਰਿਆਂ ਜੀਆਂ ਨੂੰ ਸਮੇਂ ਸਮੇਂ ਸਿਰ ਉਹ ਖਾਣਾ ਪੀਣਾ ਖੁਰਾਕ ਦੇ ਰਿਹਾ ਹੈ। ਕੇਵਲ ਮਨੁੱਖਾਂ ਦੀ ਹੀ ਪਾਲਣਾ ਨਹੀਂ ਕਰ ਰਿਹਾ, ਕਲਗਿਆਂ ਵਾਲੇ ਪਾਤਸ਼ਾਹ ਦੀ ਬਾਣੀ ਪੜ੍ਹੋ। ਪਾਤਸ਼ਾਹ ਜੀ ਕਹਿੰਦੇ ਹਨ ਕਿ ਉਹ ਪਰਮੇਸ਼ਵਰ ਪੰਛੀਆਂ ਦੀ ਵੀ ਪਸ਼ੂਆਂ ਦੀ ਵੀ ਪਾਲਣਾ ਪਰਮੇਸ਼ਵਰ ਕਰਦਾ ਹੈ। ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਨੀ ਮਨ ਗਾਰੇ, ਪੱਛ ਪਸ਼ੂ ਨਗ ਨਾਗ ਨਰਾਧਪ ਸਰਬ ਸਮੇਂ ਸਭ ਕੋ ਪ੍ਰਤਪਾਲ, ਹਰ ਸਮੇਂ ਸਭ ਦੀ ਪਾਲਣਾ ਕਰਦਾ, ਨਾਗਾਂ ਦੀ ਵੀ ਪਸ਼ੂਆਂ ਦੀ ਵੀ ਪੰਛੀਆਂ ਦੀ ਵੀ ਕੀੜਿਆਂ ਦੀ ਵੀ, ਸਰਬ ਸਮੇਂ ਸਭ ਕੋ ਪ੍ਰਤਪਾਲ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਉਹ ਐਸਾ ਦਿਆਲੂ ਅਤੇ ਦੀਨਾਂ 'ਤੇ ਦਇਆ ਕਰਨ ਵਾਲਾ ਹੈ। ਦੀਨ ਦਇਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ। ਅਸੀਂ ਕਿਸੇ 'ਤੇ ਦਇਆ ਕਰਕੇ ਕਿਸੇ ਗਰੀਬ ਨੂੰ ਕੁਛ ਦੇਵੀਏ, ਜਦੋਂ ਦੇਖੀਏ ਕਿ ਇਹ ਬੰਦਾ ਤਾਂ ਪਾਪੀ ਹੈ ਅਵਗਣ ਕਰਨ ਵਾਲਾ ਹੈ, ਤਾਂ ਅਸੀਂ ਉਸ ਤੋਂ ਮੂੰਹ ਮੋੜ ਜਾਂਦੇ ਹਾਂ। ਔਗੁਣ ਕਰਨ ਵਾਲੇ ਨੂੰ ਕੁਛ ਦੇ ਕੇ ਰਾਜੀ ਨਹੀਂ ਹਾਂ, ਪਰ ਪਰਮੇਸ਼ੁਰ ਐਸਾ ਦਿਆਲੂ ਹੈ ਕਿ ਦੁੱਖਨ ਦੇਖਤ ਹੈ ਪਰ ਦੇਤਨਾ ਹਰ, ਅਸਾਂ ਵਰਗੇ ਜੀਵਾਂ ਦੇ ਔਗਣਾਂ ਨੂੰ ਵੇਖਦਾ ਹੈ ਪਰ ਉਹ ਦਾਤਾਂ ਦੇਣ ਵੱਲੋਂ ਪਿੱਛੇ ਨਹੀਂ ਹਟਦਾ, ਅਤੇ ਸਦਾ ਹੀ ਸਾਡੀ ਪਾਲਣਾ ਪੋਸਣਾ ਰੱਖਿਆ ਕਰ ਰਿਹਾ ਹੈ।